ਦਾ ਗਾਰਡੀਅਰ ਘਰ ਨਹੀਂ ਲੱਭ ਰਿਹਾ ਮੈਨੂੰ ਕਿਹੜਾ ਨਿਗਾ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਅੱਜ ਜਿਹੜੀ ਵੀਡੀਓ ਲੈ ਕੇ ਆਇਆ ਹਾਂ ਇਸ ਵਿੱਚ ਕਿ ਕੋਈ ਵੀ ਸਿਰ ਨਾ ਲਵੇ ਵੀਡੀਓ ਨਹੀਂ ਐਂਟਰਟੇਨਮੈਂਟ ਲਈ ਬਣਾਈ ਗਈ ਆ ਅਤੇ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਮੈਂ ਹਾਂ ਪੀਜ਼ੇ ਵਾਲਾ ਬਣਿਆ ਹੋਇਆ ਵੀਡੀਓ ਵਿੱਚ ਅਤੇ ਮੈਂ ਨਾ ਜਿਹਨੇ ਪੀਜ਼ਾ ਔਡਰ ਕਰਾਇਆ ਮੈਂ ਉਹਨਾਂ ਦਾ ਘਰ ਲੱਭ ਰਿਹਾ ਮੈਨੂੰ ਲੱਭ ਨਹੀਂ ਰਿਹਾ ਕਿੱਥੇ ਆ ਮੈਨੂੰ ਲੱਗਦਾ ਹੁਣ ਮੈਨੂੰ ਫੋਨ ਹੀ ਕਰਨਾ ਪੈਣਾ ਚਲੋ ਫੋਨ ਕਰਦੇ ਹਾਂ ਆਪਾਂ ਆ ਕਿਹਦਾ ਫੋਨ ਆ ਗਿਆ ਹੈਲੋ ਸਰ ਤੁਸੀਂ ਪੀਜ਼ਾ ਆਰਡਰ ਕੀਤਾ ਸੀਗਾ ਕਿੱਦਾਂ ਫਿਰ ਸਰ ਮੈਂ ਵਧੀਆ ਤੇ ਤੁਸੀਂ ਇਹ ਦੱਸੋ ਕਿ ਤੁਸੀਂ ਪੀਜ਼ਾ ਆਰਡਰ ਕੀਤਾ ਸੀ ਤੇ ਉਹਦੀ ਪੇਮੈਂਟ ਕਰ ਦੋ ਵੀਰੇ ਮੈਂ ਇੱਕ ਤੁਹਾਨੂੰ ਗੱਲ ਕਹਿਣੀ ਸੀਗੀ ਹਾਂਜੀ ਬੋਲੋ ਗਲਤੀ ਨਾਲ ਮਲਤੀ ਹੋ ਗਈ ਵੀਰੇ ਕਿਉਂ ਐਕਟਿਵਾ ਲੈਣੀ ਫਿਰ ਗਲਤੀ ਨਾਲ ਪੀਜ਼ਾ ਆਰਡਰ ਹੋ ਗਿਆ ਸੀ ਹਾਂਜੀ ਵੀਰੇ ਓ ਯਾਰ ਤੁਸੀਂ ਪਾਗਲ ਹੋ ਇਹ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਤੁਸੀਂ ਤੇ ਹੋਰ ਤੁਸੀਂ ਕੰਮ ਹੀ ਉਦਾਂ ਤੇ ਕੀਤਾ ਆ ਤਾਂ ਯਾਰ ਹੱਦ ਹੁੰਦੀ ਹੈ ਮੇਰੀ ਵੀ ਗੱਲ ਸੁਣ ਲਓ ਬੋਲੋ ਉਹ ਕੀ ਹੋਇਆ ਗਲਤੀ ਨਾਲ ਮਲਤੀ ਹੋ ਗਈ ਵੀਰੇ ਗੁੱਸਾ ਤਾਂ ਨਹੀਂ ਕੀਤਾ ਤੁਸੀਂ ਉਹ ਨਹੀਂ ਵੀਰੇ ਬਸ ਪੇਮੈਂਟ ਕਰ ਦੋ ਤੁਸੀਂ ਤੇ ਮੈਂ ਗੁੱਸਾ ਨਹੀਂ ਕਰੂੰਗਾ ਹੈਲੋ ਭਾਜੀ ਆਵਾਜ਼ ਨਹੀਂ ਆ ਰਹੀ ਤੁਹਾਡੀ ਹੈਲੋ ਹੈਲੋ ਭਾਜੀ ਮੂੰਹੋਂ ਕੁਝ ਬੋਲੋ ਉਹ ਤੈਨੂੰ ਪੀਜ਼ੇ ਦੀ ਸੁਣ ਲੱਗੇ ਚੁੱਪ ਕਰਕੇ ਮੇਰੀ ਗੱਲ ਸੁਣ ਲਾ ਧੱਕਾ ਕੋਈ ਤੂੰ ਪੈਸੇ ਦਿੰਦਾ ਕਿ ਨਹੀਂ ਉਹ ਬਾਈ ਯਾਰ ਆ ਕੀ ਗੱਲ ਬਣੀ ਓਏ ਮੈਨੂੰ ਪੈਸੇ ਵੀ ਕਢਾਣੇ ਆਂਦੇ ਆ ਮੈਨੂੰ ਬਾਊਂਸਰ ਬਹੁਤ ਜਾਣਦੇ ਆ ਤੇਰਾ ਨਾਮ ਚੱਲਦਾ ਹਾਂ 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 ਨਾਮ ਤਾਂ ਬਹੁਤ ਚੱਲਦਾ YouTube ਤੇ ਹਾਂ ਬਟ ਉਹ ਵੀ ਹਰਸ਼ਦੀਪ ਸਿੰਘ ਨਾਂ ਤੇ ਓ ਜਾ ਯਾਰ ਗੱਲ ਥੋੜੀ ਹੈ ਯਾਰ ਉਹ ਭਾਜੀ ਬਖਸ਼ੋ ਭਾਜੀ ਹੁਣ ਕੀ ਹੋਇਆ ਮੈਨੂੰ ਲੱਗਦਾ ਨਾ ਬਾਈ ਤੂੰ ਸਿਰਫ ਗੱਲਾਂ ਕਰਨ ਜੋਗਾ ਤੇਰੇ ਹੱਥ ਵਾਸਤੇ ਕੁਝ ਨਹੀਂ ਹੈਗਾ ਚੱਲ ਜੇ ਮੈਂ ਗੱਲਾਂ ਕਰਨ ਜੋਗਾ ਨਾ ਸ਼ਾਮੀ ਆ ਜੀ ਲੜਾਈ ਕਰਨ ਓ ਜਾ ਯਾਰ ਕਿਉਂ ਨਿਕਲ ਗਈ ਫੂਕ ਹੁਣ ਸੱਟ ਲੱਗ ਜੂ ਉਹ ਤਾਂ ਹੀ ਕਹਿ ਰਿਹਾ ਪੇਮੈਂਟ ਕਰ ਦੋ ਗੱਲ ਖਤਮ ਉਹ ਮੇਰੇ ਵੀਰੇ ਜੇ ਪੈਸੇ ਨਹੀਂ ਦੇਣੇ ਤੇ ਸਾਡੇ ਮੈਨੇਜਰ ਨਾਲ ਗੱਲ ਕਰ ਲਓ ਚੱਲ ਠੀਕ ਹੈ ਮੈਂ ਉਹਨੂੰ ਫੋਨ ਕਰ ਲੈਣਾ ਕੋਈ ਗੱਲ ਹੁਣ ਗੱਲ ਸੁਣ ਲਓ ਮੇਰੀ ਅੱਗੇ ਤੋਂ ਪੀਜ਼ਾ ਨਾ ਆਰਡਰ ਕਰਿਓ ਕਦੀ ਧੱਕਾ ਕੋਈ ਹਾਂ ਧੱਕਾ ਭਾਜੀ ਬਾਲੇ ਮਜ਼ਾਕ ਹੀ ਹੋ ਤੁਸੀਂ ਮੈਂ ਸੀਰੀਅਸ ਹਾਂ ਮਜ਼ਾਕ ਨਹੀਂ ਕਰ ਰਿਹਾ ਉਹ ਬਾਈ ਯਾਰ ਤੂੰ ਸੈਡ ਨਾ ਹੋ ਯਾਰ ਵੀਰੇ ਪੇਮੈਂਟ ਕਰ ਦੋ ਮੈਂ ਤਾਂ ਹੀ ਕਹਿ ਰਿਹਾ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਰਹੀ ਆ ਇਸ ਲਈ ਮੈਂ ਕਹਿ ਰਿਹਾ ਪੇਮੈਂਟ ਕਰ ਦੋ ਨਹੀਂ ਤਾਂ ਫਿਰ ਇੱਦਾਂ ਐਂਡ ਹੋਣਾ ਹੀ ਨਹੀਂ ਆ ਚਲੋ ਫਿਰ ਬਾਏ ਬਾਏ ਓਕੇ ਬਾਏ ਕਿੱਦਾਂ ਫਿਰ ਹਾਂਜੀ ਤੁਹਾਨੂੰ ਪਤਾ ਹੀ ਲੱਗ ਗਿਆ ਕੌਣ ਹੈ ਤੇ ਆਪਾਂ ਕਿਹਨੂੰ ਰੋਸਟ ਕੀਤਾ ਜਿਹਨਾਂ ਨੂੰ ਆਪਾਂ ਰੋਸਟ ਕੀਤਾ ਉਹ ਅਮਨ ਉਜਲਾ ਵੀਰਾ ਸੀਗਾ ਤੇ ਉਹ ਪੰਜਾਬ ਦੇ ਪਹਿਲੇ ਰੋਸਟਰ ਯੂਟਿਊਬਰ ਨੇ ਪੰਜਾਬ ਦੇ ਅੱਜ ਤੁਸੀਂ ਜਿਹੜੀ ਵੀਡੀਓ ਦੇਖੀ ਉਸ ਵਿੱਚ ਕੋਈ ਵੀ ਜੇ ਗਲਤੀ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਅਗਲੀ ਵਾਰੀ ਆਪਾਂ ਜ਼ਰੂਰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਗਲਤੀ ਨਜ਼ਰ ਆਉਂਦੀ ਆ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਵੀ ਦਬਾ ਦਿਓ ਜਦੋਂ ਵੀ ਨਵੀਂ ਵੀਡੀਓ ਆਊਗੀ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲੂਗੀ ਤੇ ਵੀਡੀਓ ਦੀ ਅਗਲੀ ਵਾਰ ਧਮਾਕੇਦਾਰ ਹੀ ਕੱਢਾਂਗੇ ਤੇ ਚੰਗਾ ਫਿਰ ਅਗਲੀ ਵਾਰ ਮਿਲਾਂਗੇ ਸਤਿ ਸ਼੍ਰੀ ਅਕਾਲ